ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਜੱਟ ਮੇਰੀ ਕੌਮ ਹੈਗੀ, ਇਹਨੂੰ ਕਾਸਟ ਵੀ ਕਹਿ ਦਿੰਦੇ ਨੇ, ਅਤੇ ਸਿੱਖ ਮੇਰਾ ਜਿਹੜਾ ਹੈਗਾ ਮਨ ਹੈਗਾ, ਤਨ ਨਹੀਂ ਹੈਗਾ। ਮਨ ਦੀ ਜਾਤ ਜਿਹੜੀ ਹੁੰਦੀ, ਜਿਹੋ ਜਿਹਾ ਕਰਮ ਕਮਾਉਂਦੇ ਸਹਿਜਾਤ ਸਹਿਪਾਤ, ਜਿਹੋ ਜਿਹਾ ਕਰਮ ਕਮਾਉਂਦੇ ਉਹਦੀ ਕਰਮ ਨਾਲ ਹੁੰਦੀ ਹੈਗੀ। ਇਹ ਜਿਹੜਾ ਜਿਸਮ ਹੈਗਾ ਇਹਦੀ ਜਨਮ ਨਾਲ ਹੁੰਦੀ ਹੈ, ਜਿਸ ਘਰ ਜਨਮ ਦਿੱਤਾ। ਇਹ ਕੱਚਾ ਪਿਓ ਹੈਗਾ, ਅਕਾਲ ਪੁਰਖ ਪੱਕਾ ਪਿਓ ਹੈਗਾ। ਅਤੇ ਸਿੱਖੀ 'ਚ ਤੁਸੀਂ ਕੱਚੇ ਤੋਂ ਪੱਕਾ ਪਿਓ ਬਣ ਜਾ ਜੇ ਬਣਨਾ ਹੈਗਾ। ਜਿੱਦਾਂ ਕੱਚੀ ਇੱਟ ਹੁੰਦੀ ਹੈਗੀ, ਉਹਨੂੰ ਆਵੇ 'ਚ ਪਾ ਕੇ ਪੱਕੀ ਇੱਟ ਬਣ ਜਾਂਦੀ ਹੈਗੀ। ਇਹਦਾ ਮਤਲਬ ਇਹ ਨਹੀਂ ਵੀ ਕੱਚੀ ਇੱਟ ਜਾਂਦੀ ਰਹੀ। ਜਿੱਦਾਂ ਲੱਕੜੀ 'ਚ ਅੱਗ ਹੈਗੀ, ਆਹ ਲੱਕੜੀ ਹੈਗੀ, ਇਹਦੇ 'ਚ ਅੱਗ ਹੈਗੀ, ਅਤੇ ਇਹ ਨਹੀਂ ਹੈਗਾ ਵੀ ਉਹ ਲੱਕੜੀ ਜਾਂਦੀ ਰਹਿੰਦੀ ਹੈਗੀ। ਇਹਨੂੰ ਜਿਹੜਾ ਹੈਗਾ ਹੋਮੇ ਜਿਹੜੀ ਹੁੰਦੀ ਆਦਮੀ ਦੀ, ਉਹ ਜਲਾਉਣੀ ਹੈਗੀ। ਜਦੋਂ ਹੋਮੇ ਜਲ ਗਈ ਤਾਂ ਫਿਰ ਆਦਮੀ ਮਰਦਾ ਜੀਵਤ ਬਣਦਾ ਹੈਗਾ, ਪਰ ਜਿਸਮ ਫਿਰ ਵੀ ਨਾਲ ਰਹਿੰਦਾ ਹੈਗਾ। ਇਸੇ ਭਗਤ ਕਬੀਰ ਜਾਂ ਕਿਸੇ ਭਗਤ ਨੇ ਆਪਣੀ ਜਾਤ ਨਹੀਂ ਛੁਪਾਈ, ਉਹਨਾਂ ਨੇ ਬੜੇ ਗੱਜ ਕੇ ਕਿਹਾ ਮੈਂ ਛੀਂਬਾ ਹੈਗਾ, ਅਤੇ ਸਾਰਿਆਂ ਨੂੰ ਪਤਾ ਅੱਜ ਕੱਲ੍ਹ ਵੀ। ਲੇਕਿਨ ਇਹ ਪੁੱਛੋ ਸਾਰਿਆਂ ਨੂੰ ਵੀ, ਔਰ ਮਾਸਟਰ ਤਾਰਾ ਸਿੰਘ ਸੀਗਾ ਉਹਨੇ ਉਹਦੀ ਪੁੱਛੋ ਵੀ ਕੀ ਜਾਤ ਸੀਗੀ, ਜਾਂ ਜਿਨ੍ਹਾਂ ਹੈਗਾ ਉਹਦੀ ਕੀ ਜਾਤ ਹੈਗੀ। ਗਾਂਧੀ ਦਾ ਬਾਣੀ ਆਏਗਾ, ਉਹ ਤਾਂ ਸਾਰੇ ਦੱਸ ਦੇਣਗੇ, ਪਰ ਇਹਨਾਂ ਦੀ ਦੋ ਨਹੀਂ ਤੇ ਉਹ ਜਾਤ ਕੋਈ ਕੋਈ ਨਹੀਂ, ਕਿਸੇ ਨੇ ਵੀ ਪਤਾ ਹੈਗਾ, ਬਹੁਤ ਘੱਟ ਹੈਗੇ ਨੇ। ਸ਼ੈਤਾਨ ਦੀ ਜਾਤ ਨਹੀਂ ਹੁੰਦੀ, ਇਹਨਾਂ ਦੀਆਂ ਸ਼ੈਤਾਨੀਆਂ ਸੀਗੀਆਂ ਕਿ ਪਾਕਿਸਤਾਨ ਬਣਿਆ ਅਤੇ ਲੋਕੀ ਮਰੇ, ਅਤੇ ਇਹ ਜ਼ਿੰਮੇਵਾਰ ਹੈਗੇ। ਅਤੇ ਜਿਹੜੇ ਸੀਗੇ ਇੰਗਲਿਸ਼, ਇਹ ਤਾਂ ਹਿਪੋਕ੍ਰੇਟ ਹੈਗੇ, ਸ਼ੌਪਕੀਪਰਸ, ਇਹਨਾਂ ਨੂੰ ਨਹੀਂ ਤੁਹਾਡੇ ਲਈ ਬਈ ਤੁਸੀਂ ਮਰੋ ਜਾਂ ਜੀਓ ਤੁਹਾਡੀ ਮਰਜ਼ੀ, ਇਸੇ ਤਾਂ ਹਥਿਆਰ ਵੇਚਦੇ ਨੇ ਅਤੇ ਹਥਿਆਰ ਵੇਚ ਕੇ ਪੈਸੇ ਕਮਾਉਂਦੇ ਨੇ। ਜਿੱਦਾਂ ਅਮੈਰੀਕਾ ਹੈਗਾ, ਹਥਿਆਰ ਬਣਾਏ ਜਾਂਦੇ, ਜੇ ਉੱਥੇ ਉਹ ਅਫਗਾਨਿਸਤਾਨ ਵਾਲੇ ਫੀਮ ਬੀਜਦੇ ਨੇ, ਫੀਮ ਨਹੀਂ ਸੀ ਅਸੀਂ ਲੈਣੀ ਤੁਹਾਡੇ ਤੋਂ, ਗੋਲੀਆਂ ਤੁਹਾਨੂੰ ਦੇਣੀਆਂ ਨੇ। ਅਤੇ ਇਹ ਹੈਗਾ ਦੁਨੀਆ ਦਾ ਰਿਵਾਜ, ਅਤੇ ਤੁਸੀਂ ਆਪਣੀ ਸੁਰਤੀ ਨਾਲ ਚੱਲਣਾ ਹੈਗਾ। ਜਿਵੇਂ ਜਿਹੜਾ ਸੁਰਤੀ ਹੈਗਾ ਉਹ ਸਿੱਖ ਹੁੰਦਾ, ਸੁਰਤੀ ਵਾਲਾ, ਬੇਸੁਰਤ ਨਹੀਂ ਸਿੱਖ ਹੋ ਸਕਦਾ। ਅਤੇ ਇੱਥੇ ਮੈਂ ਇੱਕ ਆਪਣੇ ਅਮੈਰੀਕਾ 'ਚ ਇੱਕ ਔਰਤ ਨਾਲ ਕਰ ਰਿਹਾ ਸੀ ਗੱਲ, ਅਤੇ ਉਹਨੂੰ ਮੈਂ ਕਿਹਾ ਬ੍ਰਦਰ, ਮੈਨੂੰ ਪਤਾ ਵੀ ਔਰਤ ਹੈਗੀ, ਪਰ ਫਿਰ ਮੈਂ ਉਹਨੂੰ ਬ੍ਰਦਰ ਕਿਹਾ, ਅਤੇ ਬ੍ਰਦਰ 'ਤੇ ਉਹ ਫਿਰ ਕਹਿੰਦੀ ਨਹੀਂ ਮੈਂ ਤਾਂ ਔਰਤ ਹੈਗੀ ਆ। ਮੈਂ ਕਿਹਾ ਵੀ ਅਕਾਲ ਪੁਰਖ ਦੇ ਵਿੱਚ ਰੂਹਾਂ ਦਾ ਹੁੰਦਾ ਹੈਗਾ ਸੰਯੋਗ, ਨਾ ਕਿ ਜਿਸਮਾਂ ਦਾ। ਰੂਹ ਹਰ ਇੱਕ 'ਚ ਇੱਕੋ ਹੀ ਹੈਗੀ, ਪਿਛਾਦੀ ਉਹ ਆਦਮੀ ਹੈਗਾ, ਉਹ ਹੈਗਾ ਜਾਨਵਰ ਹੈਗਾ, ਜਾਂ ਉਹ ਕੀੜਾ ਮਕੌੜਾ ਹੈਗਾ। ਤਦੇ ਜਿਹੜਾ 84 ਲੱਖ ਜੂਨਾਂ ਇੱਦਾਂ ਹੀ ਹੁੰਦਾ, ਕੋਈ ਕੋਈ ਹੁੰਦਾ, ਕੋਈ ਕੀੜਾ ਪਤੰਗਾ ਹੁੰਦਾ, ਕੋਈ ਫਿਰ ਬਣ ਜਾਂਦਾ ਹੋਰ ਬਣ ਜਾਂਦਾ, ਅਗਲੀ ਜੂਨ 'ਚ ਅਗਲੀ 'ਚ ਹੋਰ ਬਣ ਜਾਂਦਾ, ਇਸ ਤਰ੍ਹਾਂ ਪ੍ਰੋਗਰੈਸ਼ਨ ਹੈਗੀ ਨਾ। ਅਤੇ ਆਦਮੀ ਦੀ ਜੂਨ ਜਿਹੜੀ ਹੈਗੀ ਹੈ ਸਾਰਿਆਂ ਨਾਲੋਂ ਵਧੀਆ ਹੈਗੀ। ਇਹਦੇ 'ਚ ਉਹਨੂੰ ਚਾਂਸ ਹੈਗਾ ਕਿ ਅਕਾਲ ਪੁਰਖ ਨਾਲ ਮਿਲੇ, ਜਲ ਮੇਂ ਜਲ ਹੋ ਜਾਏ। ਸੋ ਆਹ ਲਿਖਿਆ ਥੋੜ੍ਹਾ ਜਿਹਾ ਮੈਂ ਪੜ੍ਹਦਾ ਹੈਗਾ। ਹਾਏ, ਆਈ ਹੈਡ ਸਿਮਿਲਰ ਐਕਸਪੀਰੀਅੰਸ ਵੈਨ ਆਈ ਵਾਜ਼ ਯੰਗ ਐਂਡ ਵਾਜ਼ ਥਿੰਕਿੰਗ ਵਟ ਪੁਜ਼ੀਸ਼ਨ ਮਾਈ ਫਾਦਰ ਵਿਲ ਹੈਵ ਇਨ ਦੀ ਗੁਰਦੁਆਰਾ। ਅਤੇ ਜਦੋਂ ਮੈਂ ਸੀ ਨਾ, ਉਦੋਂ ਮੈਂ ਸੋਚਦਾ ਸੀ ਵੀ ਰੂਹਾਂ ਦਾ ਹੈਗਾ ਵੀ ਜੇ ਮੈਂ ਅਤੇ ਫਾਦਰ ਜਾਈਏ ਅਸੀਂ ਗੁਰਦੁਆਰੇ ਤਾਂ ਸਾਡਾ ਕੀ ਰਿਲੇਸ਼ਨ ਹੋਏਗਾ ਉੱਥੇ। ਦੈਨ ਆਈ ਉੱਥੇ ਮੈਂ ਕਿਹਾ ਵੀ ਦੈਨ ਆਈ ਰੀਅਲਾਈਜ਼ ਦੈਟ ਹੀ ਇਜ਼ ਮਾਈ ਬ੍ਰਦਰ। ਤਾਂ ਮੈਂ ਕਿਹਾ ਵੀ ਉਹ ਤਾਂ ਮੇਰਾ ਭਰਾ ਹੋਇਆ, ਕਿਉਂ? ਏਕ ਪਿਤਾ ਕੇ ਹਮ ਬਾਰਿਕ ਐਂਡ ਨੋ ਵਨ, ਨੋ ਮੋਰ ਫਾਦਰ, ਬਿਕਾਜ਼ ਆਵਰ ਸੋਲਸ ਹੈਵ ਵਨ ਫਾਦਰ। ਏਕ ਪਿਤਾ ਕੇ ਬਾਰਿਕ,
But in the house, I have father, mother, sister, uncle, and all these relations connected with this one, not with soul. So, when you have Christ or Anttar Satguru within you, and our Mother Holy Spirit, Mahan Devan, Holy Spirit, jadegi, apne ch surti hegi na, spirit nu kehnde surti. Te jadi saryan nu uchi surti hegi, oh hegi, ohnu kehnde Mahan Devan. Mahan mehna hunda vi, Mahan Dev jitta hai na, Adam nu kehnde Mahan Dev. Edna ye surti jadegi, oh vi Mahan Devan. Our Sahib Devan feeds us with his word. Oh, apna ni ode apne akal purakh da sanu naam dindi hegi ode na karde akal purakh ta hega chup kita baitha hega je change karam karoge ta rakhi rakhega je bure karam kare ta tusi us de ghar ton nikal jande ha jadon ghar ton nikal gaya ta tusi aape jo bhuktoge theek hega je ode ghar ch rehna hega then ohnu phir tusi truth and in spirit worship karna hega Sache te jo andar ohi bar pakhandi nahi othe oh paunda hunu Mahan Devan feeds us with his word our father our sade piyo da oh kardi our father and not of our own apna nahi dindi then we are virgin sister suhagan ਤਾਦੇ ਸੇ ਸੁਹਾਗਨ ਹੈਗੇ ਇੱਕ ਦੂਜੇ ਦਾ ਫਿਰ ਬਿਹਾਰ ਦੀ ਮੈਂ ਸਰੀਰ ਦਾ ਆਦਮੀ ਹੈਗਾ ਪਰ ਮੈਂ ਬਣ ਜਾਂਦਾ ਸੁਹਾਗਨ ਈਵਨ ਹੋਲੀ ਸਪਿਰਿਟ ਇਜ਼ ਵਰਜਨ ਐਜ਼ ਸ਼ੀ ਥਿੰਕਸ ਇੰਡੀਪੈਂਡੈਂਟਲੀ ਉਹ ਹੋਲੀ ਸਪਿਰਿਟ ਜਿਹੜੀ ਗਈ ਉਹ ਵੀ ਹੈ ਤਾਂ ਅਕਾਲ ਪੁਰਖ ਤੇ ਇੱਕ ਹੈਗੇ ਦੋਨੋਂ ਪਰ ਉਹ ਸੋਲਿਟਰੀ ਹੈਗੀ ਨਿਆਰੀ ਹੈਗੀ ਤੇ ਉਹਦਾ ਜਿਹੜਾ ਦੱਸਿਆ ਦਰਸ਼ ਦੱਸਿਆ ਨਾ ਨਿਆਰੀ ਦਾ ਉਹ ਜਦੋਂ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਅੰਮ੍ਰਿਤ ਤਿਆਰ ਕਰਦੇ ਸੀ ਨਾ ਉਹਨਾਂ ਨੇ ਪੰਜਾਂ ਦੇ ਸਿਰ ਜਿਹੜੇ ਮੰਗੇ ਸੀ ਨਾ ਭੇਂਟ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ ਸਟੇਜ 'ਤੇ ਲਾ ਕੇ ਇੱਕ ਦਾ ਧੜ ਅਤੇ ਦੂਜੇ ਦਾ ਸਿਰ ਸੀਤਾ ਸੀਗਾ ਸੀ ਕੇ ਫਿਰ ਅੰਮ੍ਰਿਤ ਤਿਆਰ ਕਰਦੇ ਸੀਗੇ ਜਦੋਂ ਅੰਮ੍ਰਿਤ ਤਿਆਰ ਕਰਦੇ ਸੀ ਉਦੋਂ ਨਾਮ ਨਾ ਤੇ ਉਦੋਂ ਫਿਰ ਜਿਹੜੀ ਸੀ ਸਾਹਿਬ ਦੇਵਾਂ ਸੀ ਉਹ ਫਿਰ ਪਤਾਸੇ ਉਹਨੇ ਵਿੱਚ ਪਾਏ ਸੀ ਪਤਾਸੇ ਹੁੰਦੀ ਮਿਠਾਸ ਮਿਠਾਸ ਜਿਹੜੀ ਹੈਗੀ ਉਹ ਜਿਹੜੀ ਕਿ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਕੇ ਹੁੰਦੀ ਹੈਗੀ ਜਦੋਂ ਆਪਾਂ ਅਕਾਲ ਪੁਰਖ ਦੇ ਪੁੱਤਰ ਬਣ ਜਾਈਏ ਨਾ ਇਹ ਜਿਹੜੇ ਰਿਸ਼ਤੇਦਾਰੀ ਦੇ ਹੈਗੇ ਨਾ ਇਹਦੇ ਵਿੱਚ ਆਪਾਂ ਨਹੀਂ ਕਰੀਦਾ ਪੱਖ ਨਹੀਂ ਕਰੀਦੀ ਕਿਸੇ ਦੀ ਸਾਰਿਆਂ ਨੂੰ ਇੱਕ ਇੱਕ ਤਰ੍ਹਾਂ ਜਾਣੀਦਾ ਹੈਗਾ ਅਤੇ ਉਹਦੇ 'ਚ ਜਿਹੜੇ ਪਿਆਰ ਹੁੰਦਾ ਉਹ ਫਿਰ ਰਿਸ਼ਤੇਦਾਰਾਂ ਨੂੰ ਵੱਧ ਕੇ ਹੁੰਦਾ ਕਿ ਉਹ ਅਕਾਲ ਪੁਰਖ ਦਾ ਸੱਚੇ ਪਿਓ ਦਾ ਪਿਆਰ ਹੈਗਾ ਨਾ ਉਹਦੇ 'ਚ ਉਹਦੇ ਜਾਤ ਪਾਤ ਨਹੀਂ ਹੁੰਦੀ ਤਦੇ ਜਿਹੜੇ ਜਦੋਂ ਖਾਲਸੇ ਸਜਾਏ ਸੀ ਉਹਨਾਂ 'ਚ ਕੋਈ ਸੀਗਾ ਰੰਧਾਵਾ ਕੋਈ ਕੁਛ ਸੀਗਾ ਜਾਂ ਖੱਤਰੀ ਸਨ ਜਾਂ ਕੁਛ ਸੀਗਾ ਜਦੋਂ ਉਹਨਾਂ ਦੇ ਸਿਰ ਲੱਥ ਗਏ ਧਾੜੇ ਕਦਾ ਦੂਏ ਸੀ ਦਿੱਤਾ ਜਾਤ ਪਾਤ ਤਾਂ ਜਾਂਦੀ ਰਹੀ ਇਸ ਕਰਕੇ ਉਹਨਾਂ ਦਾ ਸਰਨੇਮ ਸਾਰਿਆਂ ਦਾ ਫਿਰ ਸਿੰਘ ਸੀਗਾ ਯਾਨੀ ਕਿ ਜਦੋਂ ਤੁਸੀਂ ਅੰਮ੍ਰਿਤ ਛੱਕ ਲੈਂਦੇ ਉਦੋਂ ਤੁਹਾਡਾ ਜਿਹੜਾ ਜਾਤ ਪਾਤ ਹੁੰਦੀ ਉਹ ਉੱਡ ਜਾਂਦੀ ਹੈਗੀ ਅਤੇ ਤੁਸੀਂ ਘਰਾਂ 'ਚ ਨਹੀਂ ਰਹਿੰਦੇ ਤਦੇ ਜਿਹੜੇ ਸੀਗੇ ਖਾਲਸੇ ਉਹ ਜੰਗਲਾਂ 'ਚ ਰਹਿੰਦੇ ਸੀਗੇ ਘਰਾਂ 'ਚ ਨਹੀਂ ਸੀ ਰਹਿੰਦੇ ਉੱਥੇ ਹੀ ਉਹ ਸੌਂਦੇ ਸੀਗੇ ਜੰਗਲਾਂ 'ਚ ਹੀ ਹਥਿਆਰ ਬੰਦ ਹੁੰਦੇ ਸੀਗੇ ਇਹ ਜਿਹੜੇ ਹੈਗੇ ਗੁਰਦੁਆਰੇ ਅੰਮ੍ਰਿਤ ਛੱਕ ਕੇ ਤੇ ਆ ਜਾਂਦੇ ਘਰਾਂ 'ਚ ਆ ਜਾਂਦੇ ਨੇ ਇਹ ਹੈਗੇ ਬਨੌਟੀ ਖਾਲਸੇ ਅਤੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਫਿਰ ਇੱਕ ਗਧਾ ਸਟੇਜ 'ਤੇ ਸੀਗਾ ਉਹਦੇ 'ਤੇ ਸ਼ੇਰ ਦੀ ਖਲ ਪਾਈ ਸੀ ਅਤੇ ਜਦੋਂ ਉਹ ਹਿੰਕਿਆ ਤਾਂ ਸੰਗਤਾਂ ਨੇ ਪੁੱਛਿਆ